ਮੇਰਾ ਨਾਮ ਬਾਬਰ ਹੈ ਜੀ ਤੇ ਸ਼ਰਕਪੁਰ ਦੇ ਰਹਿਣ ਵਾਲੇ ਹਾਂ ਬਾਲ ਸਾਹਿਬ ਨੂੰ ਬੁਖਾਰ ਸੀ ਤੇ ਉਲਟੀਆਂ ਆਈਆਂ ਨੇ ਕਿਸੇ ਨੂੰ ਨਹੀਂ ਜੀ ਪਤਾ ਹੈਗਾ ਜੀ ਬੁਖਾਰ ਸੀ ਹਲਕਾ ਫੁਲਕਾ ਦਵਾਈ ਲੈ ਆਉਂਦੇ ਸੀ ਤੇ ਉਲਟੀਆਂ ਖੂਨ ਦੀਆਂ ਕੀਤੀਆਂ ਨੇ ਤੇ ਅਸੀਂ ਮਿਓ ਹਸਪਤਾਲ ਲੈ ਆਏ ਇੱਥੇ ਇਹਨਾਂ ਅੱਗੇ ਟੈਸਟ ਵਗੈਰਾ ਤੇ ਸਾਰਾ ਕੁਝ ਕੀਤਾ ਤੇ ਇੱਥੇ ਆ ਕੇ ਪਤਾ ਲੱਗਿਆ ਜੀ ਕਾਲਾ ਜਰਕਾਨ ਹੈ ਡਾਕਟਰ ਸਾਹਿਬ ਵੀ ਬਹੁਤ ਅੱਛੀ ਕੇਅਰ ਕਰਦੇ ਪਏ ਨੇ ਇੱਕ ਰੁਪਈਆ ਨਹੀਂ ਲਿਆ ਨਾ ਕਿਸੇ ਵੀ ਕਿਸੇ ਅੰਬਲੇ ਵੀ ਛੋਟੇ ਤੋਂ ਲੈ ਕੇ ਵੱਡੇ ਤੱਕ ਕਿਸੇ ਨੇ ਕੋਈ ਸ਼ੈ ਨਹੀਂ ਲਈ ਪਾਕਿਸਤਾਨ ਮੇਂ ਤਕਰੀਬਨ ਹਰ 10ਵਾਂ ਆਦਮੀ ਕਾਲੇ ਜਰਕਾਨ ਹੈਪੇਟਾਈਟਿਸ ਸੀ ਕਾ ਸ਼ਿਕਾਰ ਹੋ ਚੁੱਕਾ ਹੈ ਮਗਰ ਅਲਮੀਆ ਇਹ ਹੈ ਕਿ ਲੋਗੋਂ ਕੋ ਪਤਾ ਨਹੀਂ ਹੈ ਲੋਕ ਹਸਪਤਾਲੋਂ ਮੇਂ ਉਸ ਵਕਤ ਆਤੇ ਹੈ ਜਬ ਉਨ੍ਹੇ ਖੂਨ ਕੀ ਉਲਟੀ ਆ ਜਾਤੀ ਹੈ ਪੇਟ ਮੇਂ ਪਾਣੀ ਭਰ ਜਾਤਾ ਹੈ ਪਾਉਂ ਸੂਜ ਜਾਤੇ ਹੈ ਬੇਹੋਸ਼ ਹੋ ਜਾਤੇ ਹੈ ਗਨੂਦਗੀ ਕਾ ਸ਼ਿਕਾਰ ਹੋ ਜਾਤੇ ਹੈ ਔਰ ਪਹਿਲੀ ਦਫਾ ਉਨ੍ਹੇ ਪਤਾ ਲੱਗਤਾ ਹੈ ਕਿ ਉਹ ਹੈਪੇਟਾਈਟਿਸ ਸੀ ਜਾਂ ਕਾਲੇ ਜਰਕਾਨ ਕਾ ਸ਼ਿਕਾਰ ਹੋ ਚੁੱਕੇ ਹੈ ਲੋਗੋਂ ਸੇ ਇਹ ਦਰਖਾਸਤ ਹੈ ਕਿ ਇੱਕ ਤੋਂ ਇਹਤਿਆਤੀ ਤਦਾਬੀਰ ਇਖਤਿਆਰ ਕਰੇ ਜਿਸ ਤਰ੍ਹਾਂ ਹਜਾਮ ਸੇ ਸ਼ੇਵ ਕਰਵਾਤੇ ਹੋਏ ਨਿਆ ਬਲੇਡ ਇਸਤੇਮਾਲ ਕਰੇ ਬਾਜ਼ੂ ਪੇ ਟੈਟੂ ਬਨਵਾਨੇ ਸੇ ਨਾਮ ਲਿਖਵਾਨੇ ਸੇ ਪਰਹੇਜ਼ ਕਰੇ ਬੱਚੀਆਂ ਕੇ ਨਾਕ ਕੰਨ ਮੇਂ ਸੁਰਾਖ ਕਰਾਨੇ ਕੇ ਲੀਏ ਡਿਸਪੋਜ਼ੇਬਲ ਆਲਾਤ ਇਸਤੇਮਾਲ ਕਰੇ ਆਪਰੇਸ਼ਨ ਕੇ ਦੌਰਾਨ ਸਟਰਲਾਈਜ਼ਡ ਆਲਾਤ ਇਸਤੇਮਾਲ ਕਰੇ ਅਗਰ ਕਿਸੇ ਸੇ ਦਾਨ ਨਿਕਲਵਾਨੇ ਜਾਏ ਤੋ ਜਾਲੀ ਡਾਕਟਰੋਂ ਸੇ ਬਚੇ ਤਾਂ ਕਿ ਕਾਲੇ ਜਰਕਾਨ ਸੇ ਮਹਿਫੂਜ਼ ਰਹਿ ਸਕੇ ਇਲਾਜ ਸਰਕਾਰੀ ਹਸਪਤਾਲੋਂ ਮੇਂ ਮੁਫਤ ਦਸਤਿਆਬ ਹੈ ਟੈਸਟ ਕੀ ਸਹੂਲਤ ਫ੍ਰੀ ਦਸਤਿਆਬ ਹੈ ਲੋਗੋਂ ਸੇ ਦਰਖਾਸਤ ਹੈ ਕਿ ਸਾਲ ਮੇਂ ਇੱਕ ਮਰਤਬਾ ਆਪਣੇ ਜਰਕਾਨ ਕੇ ਟੈਸਟ ਜ਼ਰੂਰ ਕਰਵਾਏ ਤਾਂ ਕਿ ਅਗਰ ਕਿਸੇ ਕੋ ਹੈ ਤੋ ਬਰਵਕਤ ਇਲਾਜ ਕਰਵਾ ਲੇ